ਕੋਈ ਕੁਛ ਨਹੀਂ, ਤੁਸੀਂ ਉੱਥੇ ਸੀਗੇ ਸਾਰੇ, ਤੁਸੀਂ ਦੇਖਿਆ ਸਾਰਾ। ਪੁਲਿਸ ਨੂੰ ਅਸੀਂ ਐਜੂਕੇਟ ਕੀਤਾ ਵੀ ਇਹ ਨਜਾਇਜ਼ ਕਬਜ਼ਾ ਹੋ ਰਿਹਾ, ਨਹੀਂ ਹੋਣਾ ਚਾਹੀਦਾ ਇੱਥੇ। ਜੇ ਕੋਈ ਨਹੀਂ ਵੀ ਇਹਦਾ ਬਾਲੀ ਵਾਰਸ ਅਤੇ ਇਲਾਕਾ ਨਿਵਾਸੀਆਂ ਦੇ ਨਾਲ ਸਰਬਸੰਮਤੀ ਨਾਲ ਇੱਥੇ ਮੰਦਰ ਹੈ, ਮੰਦਰ ਬਣ ਜਾਵੇ ਜਾਂ ਕਮਿਊਨਿਟੀ ਹਾਲ ਬਣ ਜਾਵੇ, ਬੱਚਿਆਂ ਦਾ ਪਾਰਕ ਬਣ ਜਾਵੇ, ਇਹਨਾਂ ਨੂੰ ਕਹਿ ਕੇ ਅਸੀਂ ਆਪ ਉੱਥੇ ਸਾਰੇ ਜਿਹੜਾ ਕਬਜ਼ਾ ਸੀਗਾ ਉਹਦੇ ਗੇਟ ਗੂਟ ਅਸੀਂ ਆਪ ਤੜਾਏ ਆ ਖੜ ਕੇ, ਅਤੇ ਇਹਨਾਂ ਨੂੰ ਸਾਰਾ ਹੀ ਦਿਖਾਇਆ ਆਪ ਨਾਲ ਹੋ ਕੇ। ਉਸ ਤੋਂ ਬਾਅਦ ਮੌਤਵਾਰ ਦੇ ਤੌਰ 'ਤੇ ਇਹ ਕਹਿੰਦੇ ਵੀ ਉਹ ਬੰਦਿਆਂ ਨੂੰ ਲੈ ਕੇ ਆਏ ਜਿਨ੍ਹਾਂ ਦੇ ਕਬਜ਼ੇ ਸੀਗੇ ਕੀਤੇ, ਉਹ ਸਾਨੂੰ ਕਹਿੰਦੇ ਤੁਸੀਂ ਵੀ ਆਓ 10-15 ਮੌਤਵਾਰ ਬਹਿ ਕੇ ਉੱਥੇ ਗੱਲ ਨੂੰ ਬੰਨੇ ਕੰਢੇ ਲਾਈਏ। ਅਸੀਂ ਪੁਲਿਸ ਸਟੇਸ਼ਨ ਆਏ ਹਾਂ ਅਤੇ ਪਤਾ ਲੱਗਾ ਵੀ ਇਹਨਾਂ ਨੇ ਮੈਨੂੰ ਹੀ ਨੋਮੀਨੇਟ ਕਰਕੇ ਮੇਰੇ 'ਤੇ ਪਰਚਾ ਦੇ ਦਿੱਤਾ, ਜਿਹੜਾ ਕਿ ਬਿਲਕੁਲ ਗਲਤ ਆ, ਰਾਜਨੀਤੀ ਤੋਂ ਪ੍ਰੇਰਿਤ ਆ। ਔਰ ਸਰਕਾਰਾਂ ਆਉਂਦੀਆਂ ਰਹਿੰਦੀਆਂ ਜਾਂਦੀਆਂ ਰਹਿੰਦੀਆਂ, ਇਹੀ ਥਾਣੇ ਆ, ਇਹੀ ਅਫਸਰ ਆ, ਇਹੀ ਸਭ ਕੁਛ ਰਹਿਣਾ। ਪਰ ਲੱਗਦਾ ਨਹੀਂ ਜਿਹੜੇ ਉੱਥੇ ਕਬਜ਼ਾ ਕਰ ਰਹੇ ਸੀ ਉਹਨਾਂ ਦਾ ਨਾਂ ਲਗਿਆ, ਤੁਹਾਨੂੰ ਤਾਂ ਸਿਰਫ ਨਾਲ ਬੁਲਾਇਆ ਗਿਆ ਸੀ, ਇਹ ਪੋਲੀਟੀਕਲ ਸ਼ਹਿਰ ਦੇ ਉੱਤੇ ਤੁਹਾਡੇ 'ਤੇ ਪਰਚਾ ਹੋਇਆ ਜੀ? ਇਹ ਹੁਣ ਜਾਂ ਪੁਲਿਸ ਜਾਣਦੀ ਆ ਜਾਂ ਰੱਬ ਜਾਣਦਾ ਜੀ, ਜਾਂ ਤੁਸੀਂ ਸਾਕਸ਼ੀ ਹੋ ਇਸ ਚੀਜ਼ ਦੇ, ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਸ ਚੀਜ਼ 'ਤੇ ਜੁੜੇ ਹੋ, ਤੁਸੀਂ ਕਬਜ਼ੇ ਵਾਲੀ ਜਗ੍ਹਾ ਵੀ ਦੇਖੀ ਆ, ਜਿਨ੍ਹਾਂ ਨੇ ਕਬਜ਼ੇ ਕੀਤੇ ਤੁਸੀਂ ਉਹ ਵੀ ਦੇਖਿਆ, ਤੁਸੀਂ ਮੈਨੂੰ ਵੀ ਉੱਥੇ ਮਿਲਿਓ, ਮੇਰਾ ਵੀ ਤੁਸੀਂ ਵਾਈਡ ਕੀਤੀ ਪਹਿਲਾਂ, ਮੇਰਾ ਵੀ ਰੋਲ ਦੇਖਿਆ, ਔਰ ਇਹਦੇ ਹੁਣ ਤੁਸੀਂ ਆਪ ਲਾਓ ਕੀ ਹੋ ਰਿਹਾ ਹੈ, ਕਾਹਦੀ ਸਰਕਾਰ 'ਤੇ ਕੀ ਹੈ, ਪੁਲਿਸ ਦੀ ਜਿਹੜੀ ਕਾਗਜ਼ਦਾਰੀ ਨੂੰ ਕਿੱਦਾਂ ਦੇ ਦੇ ਤੁਸੀਂ, ਕਿਉਂਕਿ ਲਗਾਤਾਰ ਧੱਕਾ ਹੋ ਰਿਹਾ ਲੋਕਾਂ ਨਾਲ ਹੈ, ਤਾਂ ਧੱਕੇਸ਼ਾਹੀ ਆ, ਮੇਰੀ ਗੱਲ ਸੁਣੋ, ਕਿਸੇ ਮੌਤਵਾਰ ਬੰਦੇ ਦੇ ਬਗੈਰ ਉਹਨੂੰ ਪੁੱਛੇ, ਔਰ ਅਸੀਂ ਥਾਣੇ 'ਚ ਬੈਠੇ 15 ਬੰਦੇ ਬੈਠੇ ਹਾਂ, ਇਹਨਾਂ ਨੇ ਬੁਲਾਇਆ ਵੀ ਆਓ ਸਾਲਟ ਆਊਟ ਕਰੀਏ, ਇੱਕ ਵਾਰੀ ਸਿੰਗਲ ਟਾਈਮ ਨਹੀਂ ਪੁੱਛਿਆ ਗਿਆ ਵੀ ਜੀ ਕੀ ਤੁਸੀਂ ਕੁਛ ਕਹਿਣਾ, ਕੀ ਤੁਹਾਡਾ ਰੋਲ ਆ, ਕੀ ਨਹੀਂ, ਜਾਂ ਤੁਹਾਡਾ ਨਾਮ ਆਇਆ ਕਿਸੇ ਚੈਨਲ ਤੋਂ ਆਇਆ, ਕੋਈ ਚੈਨਲ ਤਾਂ ਦੱਸਣ ਕਿਸ ਚੈਨਲ ਤੋਂ ਨਾਮ ਆਇਆ, ਮੇਰਾ ਕਿਉਂ ਆਇਆ, ਕੀ ਆਇਆ, ਮੇਰਾ ਉੱਥੇ ਕੀ ਰੋਲ ਆ। ਮੇਰੀ ਗੱਲ ਸੁਣੋ, ਮੇਰੀ ਉੱਥੇ ਕੋਈ ਜਗ੍ਹਾ ਨਹੀਂ, ਕੋਈ ਦੁਕਾਨ ਨਹੀਂ, ਕੋਈ ਲੈਣਾ, ਅਸੀਂ ਤਾਂ ਸਿਰਫ ਚੋਰ ਹੋ ਗਏ, ਕਹਿਣ ਦੇ ਵੀ ਕਬਜ਼ਾ ਹੋ ਰਿਹਾ, ਇਹ ਨਹੀਂ ਹੋਣਾ ਚਾਹੀਦਾ, ਇਲਾਕਾ ਨਿਵਾਸੀਆਂ ਦੀ ਰਾਏ ਨਾਲ ਜੇ ਕੋਈ ਇੱਥੇ ਬਣੇ ਤਾਂ ਕੋਈ ਸਾਂਝੀ ਜਗ੍ਹਾ ਬਣੇ। ਕੀ ਇਸ ਟਾਈਮ ਤੁਹਾਨੂੰ ਸਿਰਫ ਤਫਤੀਸ਼ ਲਈ ਸੱਦਿਆ ਗਿਆ ਸੀ ਕਿ FIR ਵੀ ਦਰਜ ਕਰ ਦਿੱਤੀ ਗਈ? ਨਹੀਂ ਨਹੀਂ, ਤਫਤੀਸ਼ ਲਈ ਨਹੀਂ, ਇਹਨਾਂ ਨੇ ਬੁਲਾਇਆ ਸੀ ਵੀ ਚਲੋ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਸੀ ਵੀ ਜਿਨ੍ਹਾਂ ਨੇ ਕਬਜ਼ਾ ਕੀਤਾ ਆ ਉਹ ਸਾਰਿਆਂ ਦੀ ਇੱਛਾ ਵੀ ਇੱਥੇ ਇਲਾਕਾ ਨਿਵਾਸੀ ਜੋ ਚਾਹਣ ਬਣਾ ਲੈਣ, ਅਸੀਂ ਕਬਜ਼ਾ ਛੱਡਣ ਨੂੰ ਤਿਆਰ ਹਾਂ, ਔਰ ਇਹਨਾਂ ਨੂੰ ਦੱਸਿਆ ਸੀ ਵੀ ਇਲਾਕੇ 'ਚ ਸਦਭਾਵਨਾ ਰਹੇ, ਸਾਰਿਆਂ ਦੀ ਇਹ ਰਾਏ ਆ, ਜਿਨ੍ਹਾਂ ਨੇ ਕੀਤਾ ਵੀ ਆ ਬਗਲਾ ਉਹ ਵੀ ਚਾਹੁੰਦੇ ਆ ਵੀ ਜੇ ਜੋ ਸਾਰੇ ਚਾਹੁੰਦੇ ਉੱਥੇ ਉਹ ਬਣ ਜਾਵੇ, ਔਰ ਪਰ ਇਹਨਾਂ ਨੇ ਰਿਕੁਐਸਟ ਨਹੀਂ ਮੰਨੀ ਜੀ, ਇਹ ਕਹਿੰਦੇ ਸਾਡਾ ਉੱਤੋਂ ਪ੍ਰੈਸ਼ਰ ਆ, ਉੱਤੋਂ ਆਇਆ ਆ, ਸਾਨੂੰ ਮੈਸੇਜ ਆਈ ਅਤੇ ਇੱਕ ਮੈਸੇਂਜਰ ਹਾਂ ਵੀ ਅਸੀਂ ਸਰ ਕਾਰਵਾਈ ਕਰਤੀ ਆ, ਸਿਰਫ ਰੋਸ ਇੰਨਾ ਰਿਹਾ ਵੀ ਇਹ ਸਾਰੇ ਐਪੀਸੋਡ ਤੋਂ ਪਹਿਲਾਂ ਇੱਕ ਇੱਕ ਵਾਰ ਚਲੋ ਜਿਨ੍ਹਾਂ ਨੂੰ ਤਾਂ ਇਹਨਾਂ ਨੇ ਮੌਕੇ 'ਤੇ ਦੇਖਿਆ ਕੀਤਾ ਜਿਨ੍ਹਾਂ ਨੇ ਉਹਨਾਂ 'ਤੇ ਪਰਚਾ ਕੀਤਾ ਲੈ ਕੇ ਆਏ, ਜੇ ਮੈਂ ਉੱਥੇ ਇਹਨਾਂ ਨੂੰ ਐਜੂਕੇਟ ਕੀਤਾ, ਮੇਰੇ ਨਾਲ ਇਹਨਾਂ ਨੇ ਗੱਲ ਕੀਤੀ ਆ, ਸਾਨੂੰ ਮੌਤਵਾਰਾਂ ਨੂੰ ਬੁਲਾਇਆ, ਮੌਤਵਾਰਾਂ 'ਚੋਂ ਮੇਰੇ 'ਤੇ ਪਰਚਾ ਦਿੱਤਾ, ਇੱਕ ਵਾਰੀ ਮੈਨੂੰ ਬੁਲਾ ਕੇ ਪੁੱਛ ਤਾਂ ਲੈਂਦੇ ਵੀ ਤੁਸੀਂ ਆਪਣਾ ਪੱਖ ਦੱਸੋ ਜੀ, ਉਹ ਤੋਂ ਬਾਅਦ ਫਿਰ ਵੀ ਇਹਨਾਂ ਨੂੰ ਲੱਗਦਾ ਕਿ ਮੇਰਾ ਕੋਈ ਕਸੂਰ ਆ, ਪਰਚਾ ਦੇ ਦਿੰਦੇ ਮੇਰੇ 'ਤੇ, ਮੈਨੂੰ ਕੋਈ ਰੋਸ਼ ਨਹੀਂ ਸੀ। ਕਾਰਵਾਈ ਤਾਂ ਥਾਣੇ ਸਿਟੀ ਵੱਲੋਂ ਹੋਈ ਹੈ, ਪਰਚਾ ਦਰਜ ਹੋਇਆ, ਮੁਕੱਦਮਾ ਦਰਜ ਹੋਇਆ, ਉਹ ਇੱਥੇ ਅੰਬੇ ਭਵਨ ਹੈਗਾ, ਉਹਦੇ ਵਿੱਚ ਜਗ੍ਹਾ ਸੀਗੀ ਪੁਰਾਣੀ ਕੋਈ, ਹੁਣ ਕੰਸਟਰਕਸ਼ਨ ਮਾਲਕ ਤਾਂ ਉਹਦੇ ਹਾਲੇ ਤੱਕ ਜਾਗੇ ਨੇ, ਕੋਈ ਲੱਗੇ ਨਹੀਂ ਉਹਨਾਂ ਨੂੰ ਪਤਾ, ਔਰ ਉਹਦੇ ਵਿੱਚ ਜਿਹੜੇ ਸ਼ਹਿਰ ਦੇ ਕੁਛ ਬੰਦੇ ਸੀਗੇ ਨਜਾਇਜ਼ ਉੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ, ਉਹਨਾਂ ਦੇ ਖਿਲਾਫ਼ ਮੁਕੱਦਮਾ ਦਰਜ ਹੋਇਆ। ਸਰ ਕਿੰਨੀ ਜਗ੍ਹਾ ਸੀਗੀ ਇਹ, ਕਿਹੜੀ ਜਗ੍ਹਾ ਸੀਗੀ? ਅੰਬੇ ਭਵਨ ਹੈ, ਸਟੇਸ਼ਨ ਰੇਲਵੇ ਰੋਡ 'ਤੇ ਹੈਗਾ ਇਹ। ਅੱਛਾ ਜੀ, ਕਿੰਨੇ ਬੰਦਿਆਂ ਦੇ ਪਰਚੇ 'ਤੇ, ਕਿਹੜੀ ਕਿਹੜੀ ਧਾਵਾਂ? ਇਹ 447 ਹੈ, 427 ਹੈਗਾ।
ਕਿੰਨੇ ਬੰਦਿਆਂ ਦੇ? 5 ਬੰਦਿਆਂ ਦੇ ਖਿਲਾਫ ਹੈ। ਜਮਾਨਤ ਇਹਨਾਂ ਦੀ ਹੁਣ ਇੱਥੇ ਹੋਈ ਕਿ? ਹਾਂ, ਅਵੇਲੇਬਲ ਫੰਡਸ ਹੈ ਇਹ ਤਾਂ, ਅਵੇਲੇਬਲ ਹੈਗਾ। ਅਤੇ ਫਿਰ ਹੁਣ ਕੋਈ ਅਰੈਸਟ ਵਗੈਰਾ ਪਾਈਏ? ਹਾਂ, ਅਰੈਸਟ ਬੰਦੇ ਪੜੇ ਨੇ ਔਰ ਅਵੇਲੇਬਲ ਹੈਗਾ ਇਹ ਫੰਡਸ। ਇੱਕ ਕੰਪਲੇਂਟ ਜਿਹੜੀ ਮੁਹੱਲੇ ਵਾਲਿਆਂ ਵੱਲੋਂ ਸੀ, ਕਿਹਨਾਂ ਵੱਲੋਂ ਸੀ ਕੋਈ ਇਨਵਿਜ਼ੀਬਲ, ਮਤਲਬ ਜਿਹੜੀ ਕੰਪਲੇਂਟ ਸੀ ਇਹ ਵਾਲੀ? ਇਹਦੇ ਬਾਰੇ ਤਾਂ ਹੁਣ SHO ਤੋਂ ਵੈਰੀਫਾਈ ਕਰ ਲੈਂਦੇ ਹਾਂ। ਅੱਛਾ, ਜਿਹੜੀ ਇਹ ਜਿਹਨਾਂ 'ਤੇ ਕੰਪਲੇਂਟ ਦਰਜ ਹੋਈ ਆ, ਇਹ ਕੋਈ ਅਹੁਦੇਦਾਰ ਆ, ਕਿਸੇ ਪਾਰਟੀ ਨਾਲ ਰਿਲੇਟਡ ਆ? ਨਹੀਂ ਨਹੀਂ, ਆਮ ਦੁਕਾਨਦਾਰ ਲਾਗੇ ਲਾਗੇ ਘਰ ਆ ਜਾਂਦੇ, ਉਹਨਾਂ ਦੁਕਾਨਾਂ ਦੇ ਨਾਲ, ਉੱਥੇ ਨਾਲ ਉਸ ਜਗ੍ਹਾ ਦੇ ਨਾਲ ਕੋਈ ਘਰ ਹੈਗਾ ਉਹਨਾਂ ਦਾ, ਉਹ ਆਪਣੇ ਆਪਣੇ ਜਿੱਦਾਂ ਐਕਸਪੈਂਡ ਕਰਨ ਵਾਸਤੇ, ਜਿਹੜਾ ਕਿ ਬਾਉਂਡਰੀ ਨੂੰ ਵਧਾਉਣ ਵਾਸਤੇ, ਨਾਲ ਨਾਲ ਪਿੱਛੋਂ ਆਪਣੇ ਰਸਤੇ ਕੱਢਣ ਵਾਸਤੇ, ਉਸੇ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਸਮਾਨ ਵੀ ਰਿਕਵਰ ਕੀਤਾ? ਰਿਕਵਰ ਕੀਤਾ, ਹਾਂਜੀ। ਰਿਕਵਰੀ ਕੀ? ਹਾਂ, ਕੋਈ ਜਿਹੜਾ ਸਮਾਨ ਲੱਗੇ ਸੀਗੇ ਇਹਨਾਂ ਦੇ ਲੈ ਕੇ ਆਏ ਹੁਣ, ਮਿਸਤਰੀ ਵਗੈਰਾ ਦੇ ਨਾਲ ਲੈ ਕੇ ਆਉਂਦੇ, ਕੰਸਟਰਕਸ਼ਨ ਕਰਦੇ ਸੀਗੇ, ਉਹ ਹੈ ਨਾਲ ਰੱਖਿਆ ਨਾਲ। ਸਰ ਕਹਿੰਦੇ ਵੀ ਉੱਪਰੋਂ ਵੀ ਦਬਾਅ ਪਿਆ ਕਿਸੇ ਤਰੀਕੇ ਦਾ, ਖਿਲਾਫ ਮੁਕਦਮਾ ਦਰਜ ਕੀਤਾ ਨਾ, ਕਿਸੇ ਨੇ ਕਰਾਇਆ ਦਬਾਅ ਪਾ ਕੇ ਔਰ ਨਾ ਕਿਸੇ ਨੇ ਦਬਾਅ ਤੇ ਛੱਡਿਆ। ਧੰਨਵਾਦ।